ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੇ ਆਪਾਂ ਅੱਜ ਪਹੁੰਚੇ ਹਾਂ ਪਿੰਡ ਥੰਦੇਵਾਲਾ। ਇਹ ਪਿੰਡ ਸ੍ਰੀ ਮੁਕਤਸਰ ਸਾਹਿਬ ਤੋਂ 6-7 ਕਿਲੋਮੀਟਰ ਸਾਈਡ 'ਤੇ ਰਹਿ ਜਾਂਦਾ ਅਤੇ ਆਪਾਂ ਅੱਜ ਆਏ ਸੀ ਬਾਈ ਕੁਲਦੀਪ ਬਰਾੜ ਕੋਲ ਅਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਬਾਈ ਜੀ ਡੇਅਰੀ ਫਾਰਮਿੰਗ ਦੇ ਨਾਲ ਨਾਲ ਵਪਾਰ ਦਾ ਵੀ ਕੰਮ ਕਰਦੇ ਆ ਅਤੇ ਉਦੋਂ ਵੀ ਕਈ ਪਸ਼ੂ ਸੈੱਲ 'ਤੇ ਲਾਏ ਹੋਏ ਸੀਗੇ ਅਤੇ ਅੱਜ ਵੀ ਬਾਈ ਜੀ ਹੋਰਾਂ ਨੇ ਕਈ ਪਸ਼ੂ ਸੈੱਲ 'ਤੇ ਲਾਏ ਆ। ਆਪਾਂ ਤੁਹਾਨੂੰ ਆਪਣੀ ਵੀਡੀਓ 'ਚ ਉਹੀ ਪਸ਼ੂ ਵਿਖਾਉਣੇ ਆ ਅਤੇ ਬਣੇ ਰਹੋ ਵੀਡੀਓ ਦੇ ਵਿੱਚ ਅਤੇ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ। ਪਹਿਲਾਂ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਅਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਅਤੇ ਉਹਦਾ ਚੰਗਾ ਰਿਸਪੋਂਸ ਮਿਲਿਆ ਸੀ। ਹਾਂ, ਵਧੀਆ ਫੋਨ ਬਹੁਤ ਆਏ ਸੀਗੇ। ਹਾਂਜੀ, ਬਾਕੀ ਬਾਈ ਸਰਕਾਰ ਨੇ ਬਾਈ ਜਗਜੀਤ ਨੇ ਉਹਦੇ ਸਾਰੇ ਪਸ਼ੂ ਸੇਲ ਹੋ ਗਏ ਸੀ ਉਸ ਏਰੀਏ 'ਤੇ। ਹਾਂਜੀ ਹਾਂਜੀ, ਬਾਅਦ ਥੋੜ੍ਹਾ ਜਿਹਾ ਯਾਤਰਾ 'ਤੇ ਗਏ ਸੀ ਉਸ ਸਾਹਿਬ, ਉਹਦੇ ਕਰਕੇ ਥੋੜ੍ਹਾ ਜਿਹਾ ਘੱਟ ਲੈਂਦੇ ਪਊ ਫੋਨ ਸ਼ੁਰੂ। ਫਿਰ ਦੁਬਾਰਾ ਖਰੀਦੋ ਆਹ ਵਿਕਰੀ ਵਾਲੇ। ਅੱਜ ਆਪਣੇ ਕੋਲ 4 ਪਸ਼ੂ ਆ ਅਤੇ ਅੱਜ ਆਪਣੇ ਕੋਲ ਕਿਹੜੇ ਕਿਹੜੇ ਪਸ਼ੂ ਜਿਹੜੇ ਸੈਲ 'ਤੇ ਹੈਗੇ? ਇੱਕ ਤਾਂ ਮੱਝ ਹੈ ਜੀ, 3 ਗਾਵਾਂ। ਅੱਛਾ, 1 ਮੱਝ ਹੈ ਅਤੇ 3 ਗਾਵਾਂ? ਹਾਂਜੀ। ਅਤੇ ਆਪਣੇ ਜਿਹੜੀ ਇਹ ਮੱਝ ਆ, ਤੁਸੀਂ ਪਹਿਲਾਂ ਇਹਦੇ ਬਾਰੇ ਸਾਨੂੰ ਦੱਸੋ ਵੀ ਇਹ ਮੱਝ ਕਿੰਨੇ ਸੂਆ ਸੂਈ ਹੈ ਜੀ? ਕਿੰਨਵਾਂ ਸੂਆ ਜੀ? ਤੀਜਾ ਜੀ। ਤੀਜਾ ਸੂਆ, ਠੀਕ ਹੈ। ਮਗਰ ਇਹਦੇ ਕੱਟੀ ਆ 3-4 ਦਿਨ ਹੋ ਗਏ ਸੀ, 9-10 ਕਿਲੋ ਬੋਲਾ ਤਿਆਰ, 16 ਕਿਲੋ ਦੁੱਧ ਦਿੱਤਾ ਨੇ ਦੂਜੇ 'ਤੇ। ਠੀਕ ਹੈ ਜੀ। ਅਤੇ ਆਪਣੇ ਰਿਸ਼ਤੇਦਾਰਾਂ ਦੇ ਘਰੋਂ ਹੀ ਆਈ ਹੋਈ ਆ। 16 ਕਿਲੋ ਦੁੱਧ ਆ ਜੀ? 16 ਕਿਲੋ ਦੁੱਧ ਦਿੱਤਾ ਨੇ। ਠੀਕ ਹੈ ਜੀ। ਅਤੇ ਇਹਦੀ ਆਪਾਂ ਕਿੰਨੀ ਕੀ ਮੰਗ ਰੱਖੀ ਜੀ? ਇਹਦਾ 1,25,000 ਰੁਪਏ ਮੰਗਦੇ ਜੀ ਆਪਾਂ। 1,25,000 ਰੁਪਇਆ? ਅਤੇ ਆਪਣੇ ਵੀਡੀਓ ਦੇਖ ਕੇ ਫੋਨ ਕਰਕੇ ਵੀ ਪਸ਼ੂ ਮੰਗਵਾ ਸਕਦੇ ਹੋ? ਮੰਗਵਾ ਸਕਦੇ, ਕੋਈ ਚੱਲੀ ਕਰ ਸਕਦੇ? ਫੁੱਲ ਗਰੰਟੀ ਵਾਲਾ ਕੰਮ ਆ, ਕੋਈ ਉਹ ਨਹੀਂ ਆਪਣੇ ਕੋਲ। ਮੰਨ ਲਓ ਜਿਹੜੀ ਚੀਜ਼ 19 ਦੱਸਾਂਗੇ 21 ਨਿਕਲੂਗੀ ਜਾ ਕੇ। ਫਿਰ ਵੀ ਸਵਾਦ ਆਉਣਾ ਤੁਹਾਡੇ ਰਾਜਸਥਾਨ ਦੇ ਵਿੱਚ ਬੰਦੇ ਪਹਿਲੀ 6 ਗਾਵਾਂ ਲੈ ਕੇ ਗਏ ਸੀ, ਬਾਅਦ 'ਚ ਸਾਰੀਆਂ ਵੀਡੀਓ 'ਤੇ ਗਾਵਾਂ ਗਈਆਂ ਉਹਨਾਂ ਬੰਦੇ ਦੇ। 81 ਦੇ ਕਰੀਬ 81 ਦੇ ਵੀ ਪਲਾਸੀ ਹੋ ਗਈਆਂ ਗਾਵਾਂ ਉੱਥੇ ਜਾਵੜੀਆਂ। ਹਾਂ, 80-90 ਦੇ ਕਰੀਬ ਗਾਈਆਂ ਉੱਠ ਗਈਆਂ, 7-8 ਫਾਰਮਾਂ ਦੇ ਜਾਵੜੀਆਂ। ਉਹ ਸਾਰੇ ਬੰਦੇ ਆਪਣੇ ਕੋਲ ਗਾਵਾਂ ਮੰਗਾ ਰਹੇ ਆ ਜੀ। ਆਹ ਹੁਣ ਥੋੜ੍ਹਾ ਗਰਮੀ ਕਰਕੇ ਮੈਂ ਉਹਨਾਂ ਨੂੰ ਰੋਕਿਆ, ਮੈਂ ਥੋੜ੍ਹਾ ਰੋਕ ਦੇ ਰਿਹਾ। ਅੱਛਾ, ਵੀ ਇਹ ਦੂਜੇ ਸੂਏ ਮੱਝ ਆਪਣੇ? ਤੀਜੇ ਸੂਏ 16 ਲੀਟਰ ਦੁੱਧ ਆ। ਅਤੇ ਇਹਦੇ ਵਿੱਚ ਕੋਈ ਇਹਨਾਂ ਦੀ ਵੀ ਮੱਝਾਂ ਦੀ ਆਪਾਂ ਕੈਟਾਗਰੀ 'ਚ? ਅੱਛਾ, ਮੂਰਾ ਕੈਟਾਗਰੀ ਦੀ ਆ। ਹਾਂਜੀ, ਠੀਕ ਹੈ। ਬਾਕੀ ਤੋਰ ਕੇ ਖਾਣੇ ਤੁਹਾਨੂੰ? ਗੋਰੀ ਤੋਰ ਕੇ ਖਾਈ ਮੱਝ? ਲਓ ਜੀ, ਹੁਣ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ। ਕੋਲ ਕਈ ਪਾਸੇ ਕਿ ਆ ਪਾਸੇ ਚੱਕਦੇ? ਕਈ ਓਏ ਕਈ ਪਾਸੇ ਚੱਕਦੇ? ਕਈ ਪਾਸੇ ਕਰਦੇ ਕਈ। ਚੱਲ, ਬਾਕੀ ਸੀਲ ਸਾਊ ਬਹੁਤ ਆ, ਚੋਈ ਦੀ ਬਹੁਤ ਬੋਲੀ ਆ, ਹੁਣ ਚੋਈ ਹੋਈ ਦੀ ਵੀਡੀਓ ਹੈ। ਲਓ ਜੀ, ਬੰਦ ਕਰੀ ਬੋਲੋ ਦੇ, ਹੁਣ ਬੰਦ ਕਰ ਦੇ। ਤੀਜੇ ਸੂ ਇਹ ਮੱਝ ਆ, 16 ਲੀਟਰ ਦੁੱਧ ਆ ਅਤੇ ਮੁਰਰਾ ਕੈਟਾਗਰੀ ਦੀ ਮੱਝ ਆ ਅਤੇ ਟੱਟੀ ਹੈਗੀ ਇਹਦੇ ਨਾਲ। ਅਤੇ ਤੁਸੀਂ ਵੀਡੀਓ ਦੇਖ ਕੇ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ, ਤੁਸੀਂ ਸੰਪਰਕ ਕਰ ਸਕਦੇ ਹੋ ਅਤੇ ਵੀਡੀਓ ਦੇ ਰਾਹੀਂ ਵੀ ਪਸ਼ੂ ਮੰਗਵਾ ਸਕਦੇ ਹੋ। ਅਤੇ ਆਪਣੇ ਅਗਲਾ ਕਿਹੜਾ ਜੀ? ਇਹ ਗਾਂ ਤੁਸੀਂ ਸੂਈ ਹੋਈ, ਤੀਜਾ ਸੂਆ ਇਹ ਸੂਈ ਆ। ਅੱਛਾ, ਇਹ ਗਾਂ ਤੀਜਾ ਸੂਆ ਸੂਈ ਹੋਈ ਆ। ਹਾਂਜੀ, ਠੀਕ ਹੈ ਜੀ। ਇਹ 23-24 ਕਿਲੋ ਦੁੱਧ ਪਾਊਗੀ, ਮਗਰ ਵੱਛੀ ਆ, ਤੀਜਾ ਦਿਨ ਅੱਜ ਸੂਈ ਨੂੰ। 23-24 ਕਿਲੋ ਦੁੱਧ ਹੈਗਾ, ਬੋਲਾ ਹੁਣ ਤਿਆਰ ਹੈ ਥੱਲੇ। ਠੀਕ ਹੈ ਜੀ। ਅਤੇ ਮਗਰ ਇਹਦੇ ਵੱਛੀ ਆ? ਮਗਰ ਵੱਛੀ ਆ। ਹਾਂਜੀ, ਇਹ ਆਪਣੇ ਕਿਹੜੀ ਕੈਟਾਗਰੀ 'ਚ? ਇਹ HFP ਆ। ਅੱਛਾ, ਇਹ HFP ਆ, ਲਗਭਗ 90% ਹੈਗੀ ਹੈ। ਇਹ ਤੀਜੇ ਸੂਏ ਹੈਗੀ ਆ? ਤੀਜੇ ਸੂਏ ਸੂਈ ਆ। ਹਾਂਜੀ, ਅਤੇ 24-25 ਲੀਟਰ ਦੁੱਧ ਦੇਣ ਦੀ ਸ਼ਮਤਾ ਵਾਲੀ ਹੈ। ਅਤੇ ਮਗਰ ਇਹਦੇ ਵੱਛੀ ਆ? ਫੀਮੇਲ ਕਾਫ ਆ। ਅਤੇ ਇਹਦਾ ਆਪਣੇ ਕੀ ਆਸਕਿੰਗ ਪ੍ਰਾਈਜ਼ ਹੈ ਜੀ? ਇਹਦਾ 75,000 ਰੁਪਏ ਮੰਗਦੇ ਹਾਂ ਜੀ। 75,000 ਰੁਪਏ ਮੰਗਦੇ ਹਾਂ ਜੀ। ਅਤੇ ਬਾਕੀ ਮਾੜਾ ਮੋਟਾ ਉਵੇਂ ਹੋ ਜਾਂਦਾ ਜਿਹੜਾ ਆਪਣੇ ਕੋਲ ਆਵੇ ਨਾ ਬੰਦਾ? ਠੀਕ ਹੈ ਜੀ। ਅਤੇ ਅਗਲੇ ਪਸ਼ੂ ਆ ਰਹੇ ਹੁਣ ਤਾਂ ਜਾਣਦੇ ਹਾਂ ਬਾਈ ਤੋਂ। ਇਹ ਗਾਂ ਦੂਜੇ ਸੂਏ ਸੂਣ ਵਾਸਤੇ ਕੱਢਣਾ, ਕਿਹੜੀ ਇੱਧਰ ਵਾਲੀ? ਹਫ਼ਤੇ 10 ਦਿਨ ਦੀ ਕੱਟੀ ਹੈ, ਤੋਰ ਕੇ ਦਿਖਾ ਕਰੀਏ। ਗਾਂ ਬਹੁਤ ਚੰਗੀ ਗਾਂ, ਜਿਹੜਾ ਵੀ ਖਰੀਦਣਾ ਚਾਹੁੰਦਾ ਗਰਮੀ ਦੇ ਵਿੱਚ ਵੀ ਚੱਲਣ ਵਾਲੀ ਗਾਂ ਹੈ। ਪਿੱਠ ਥੋੜ੍ਹਾ ਦੇਖੋ ਤੁਸੀਂ, ਬਾਕੀ ਥਾਂ ਝੋਲੀ ਦੀ ਬੜੀ ਸਾਫ਼ ਹੈ। 23-24 ਕਿਲੋ ਦੁੱਧ ਦੇਣਾ ਇਹਨੇ। ਕ੍ਰੋਸ ਬਰੀਡ 'ਚ ਆ ਗਈ ਹੈ? ਇਹ ਕ੍ਰੋਸ ਬਰੀਡ 'ਚ ਆ ਗਈ? ਇਹ ਕ੍ਰੋਸ ਬਰੀਡ ਆ। ਹਾਂ, ਇਹ ਕਿੰਨਵੇਂ ਸੂਏ ਜੀ? ਇਹ ਦੂਜੇ ਸੂਏ ਸੋਣਾ।
ਠੀਕ ਹੈ। ਔਰ ਦੂਜਾ ਤਾਂ ਦੂਜਾ ਹੀ ਆ, ਬਾਕੀ ਸੀਲ ਸਾਊ ਬਹੁਤ ਆ, ਹੱਥ ਮਾਰ ਕੇ ਦਿਖਾਓ ਮੁੰਡਾ ਤੁਹਾਨੂੰ। ਲਓ ਜੀ ਇਹ ਦੂਜੇ ਆਪਣੀ ਗਾਂ ਹੈ ਅਤੇ ਕਰੋਸ ਬਰੀਡ 'ਚ ਆ। ਕਰੋਸ ਬਰੀਡ ਪਸ਼ੂਆਂ ਦਾ ਕੀ ਫਾਇਦਾ ਹੋ ਜਾਂਦਾ ਵੀ ਇਹ ਗਰਮੀ ਗੁਰਮੀ ਘੱਟ ਮਨਾਉਂਦੇ ਆ, ਬਾਕੀ ਸੀਲ ਬਹੁਤ ਆ, ਤੁਸੀਂ ਦੇਖ ਸਕਦੇ ਹੋ ਐਂ ਲੇਵੇ 'ਤੇ ਹੱਥ ਮਾਰੀ ਜਾਂਦੇ ਆਪਾਂ ਅਤੇ ਕੋਈ ਜਮ੍ਹਾਂ ਐਂ ਹਲਦੀ ਨਹੀਂ, ਸੀਲ ਦੀ ਜਮ੍ਹਾਂ ਗਰੰਟੀ ਰਹੂਗੀ। ਅਤੇ ਲੋਕੇਸ਼ਨ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਤੀ ਹੈ ਵੀ ਪਿੰਡ ਥਾਂਦੇ ਵਾਲਾ ਮੁਕਤਸਰ ਸਾਹਿਬ ਦੇ ਕੋਲ ਇਹ ਪਿੰਡ ਹੈ, ਤੁਸੀਂ ਆ ਕੇ ਤਸੱਲੀ ਕਰਕੇ ਪਸ਼ੂ ਲਿਜਾ ਸਕਦੇ ਹੋ ਅਤੇ ਬਾਈ ਡੇਅਰੀ ਫਾਰਮਿੰਗ ਦੇ ਨਾਲ ਨਾਲ ਵਪਾਰ ਦਾ ਵੀ ਕੰਮ ਕਰਦੇ ਆ। ਬਾਕੀ ਆਪਾਂ ਇਹਦੇ ਪ੍ਰਾਈਜ਼ ਬਾਰੇ ਬਾਈ ਜੀ ਹੋਰਾਂ ਤੋਂ ਪੁੱਛਦੇ ਹਾਂ ਵੀ ਇਹਦਾ ਹਾਂਜੀ ਇਹ ਮੈਂ ਫੁੱਲ ਗਰੰਟੀ ਵਾਲੀ ਵੈੜ ਆ, ਜੇ ਕੋਈ ਵੀਡੀਓ 'ਤੇ ਮੰਗਾਉਣਾ ਚਾਹੁੰਦਾ ਤਾਂ ਵੀ ਮੰਗਾ ਸਕਦਾ, ਥਣਾਂ ਦੀ ਘਰ ਤੱਕ ਦੀ ਆਪਣੀ ਗਰੰਟੀ ਹੋਊਗੀ ਵਾਲੇ ਦੇ। ਇਹਦਾ ਆਪਣੇ ਪ੍ਰਾਈਜ਼ ਕੀ ਹੈ ਜੀ ਆਸਕੀ? ਇਹਦਾ ਪ੍ਰਾਈਜ਼ ਲੈਣ ਦੇਣ ਦਾ ਸਿਰਫ 60,000 ਰੁਪਏ, 2x70 ਦੀ ਦੇ ਦਾਂਗੇ। ਅੱਛਾ 2x70 ਦੀ ਇਹ ਦੇ ਜਾਂਗੇ ਅਤੇ ਫੋਨ ਕਰਕੇ ਵੀ ਕੋਈ ਮੰਗਵਾ ਸਕਦਾ ਆ ਕੇ? ਮੈਂ ਤਾਂ ਕਹਿੰਦਾ ਵੀ ਆ ਕੇ ਵੇਖ ਕੇ ਤਸੱਲੀ ਕਰਕੇ ਲੈ ਕੇ ਜਾਓ, ਪਰ ਜੇ ਕਿਸੇ ਦੂਰ ਬੈਠਾ ਬੰਦਾ ਜਾਂ ਕੋਈ ਕੋਲ ਟਾਈਮ ਨਹੀਂ ਉਹ ਵੀਡੀਓ 'ਤੇ ਮੰਗਾ ਸਕਦਾ। ਗੱਡੀ ਦਾ ਕਿਰਾਇਆ ਉਹਦਾ ਆਪ ਨੂੰ ਦੇਣਾ ਪਊਗਾ, ਜੇ ਇਸ ਨੂੰ ਵੱਧ ਬਸ 60,000 ਨਹੀਂ ਦੇਵਾਂਗੇ, 60,000 ਰੁਪਈਆ ਮੰਗਦੇ ਹਾਂ, 2,000 ਆਪਾਂ ਹੁਣ ਇੱਥੇ ਵੀਡੀਓ 'ਚ ਦੱਸਤਾ ਵੀ 2,000 ਰੁਪਏ ਲੈਸ ਵੀ ਕਰ ਮਾਨ ਤਾਂ ਹੋਣਾ, ਬਸ 60 ਤੋਂ ਘੱਟ ਨਹੀਂ ਦੇਣੀ, 65 ਦੀ ਦੇਣੀ, 60 ਦੀ ਜਸਨ ਹੋਗਾ। ਠੀਕ ਹੈ ਜੀ, ਅਤੇ ਅਗਲੇ ਪਸ਼ੂ ਬਾਰੇ ਆਪਾਂ ਇਹ ਗੱਲ ਕਰੀਏ ਜੀ, ਉਹਦੇ 20 ਦਿਨ ਬਾਕੀ ਆ। ਅੱਛਾ ਇਹਦੇ 20 ਦਿਨ ਬਾਕੀ, 25 ਕਿਲੋ ਦੁੱਧ ਦੇਣ ਵਾਲੀ ਗਾਂ, ਬਹੁਤ ਚੰਗੀ ਗਾਂ, ਉਹ ਵੀ ਪਿੱਠਪੁੜੇ ਦੀ ਬਹੁਤ ਖੜਾਈ ਆ, ਇਹ ਵੀ ਤੁਹਾਨੂੰ ਤੋੜ ਕੇ ਵਿਖਾਉਣੇ ਆ, ਸੀਲ ਸਾਊ ਬਹੁਤ ਹੈ ਜੀ, ਹੱਥ ਮਾਰ ਕੇ ਵਿਖਾਈ ਕਰੀਏ। ਕਿੰਨਵੇਂ ਸੂਏ ਜੀ? ਇਹ ਤੀਜੇ ਸੂਏ ਸੋਣਾ, ਤੀਜੇ ਸੂਏ ਸੋਣਾ ਅਤੇ 20 ਦਿਨ ਹਜੇ ਬਾਕੀ ਆ। ਹਾਂਜੀ ਬਹੁਤ ਖੁੱਲੀ ਝੋਲੀ ਤਿਆਰ ਹੋਣਾ, ਹਜੇ ਤਾਂ ਹੁਣ ਲਾਉਣੇ ਪਈ ਆ। ਠੀਕ ਹੈ ਜੀ, 20 ਦਿਨ ਇਹਦੇ ਬਾਕੀ ਪਏ ਆ, ਹਜੇ 20 ਦਿਨ ਬਾਕੀ ਪਏ ਆ। ਇਹਦਾ ਮੁੱਲ 67,000 ਰੁਪਇਆ, 65,000 ਦੀ ਜਿਸ ਨੂੰ ਹੋਵੇ ਵੀ ਆਸਕਿੰਗ ਪ੍ਰਾਈਜ਼ ਹੈਗਾ, ਇਹ ਅੱਜ ਦਾ ਪ੍ਰਾਈਜ਼ ਆ, ਬਾਕੀ ਜੇ ਮੰਨ ਲਓ ਮੌਕੇ 'ਤੇ ਤਿਆਰੀ ਉਦੋਂ ਉਹਦਾ ਪ੍ਰਾਈਜ਼ ਕੁਝ ਹੋਰ ਹੋਊਗਾ। ਵੀ ਅੱਜ ਦਾ ਪ੍ਰਾਈਜ਼ ਆ, ਇਹ ਅੱਜ ਦਾ ਪ੍ਰਾਈਜ਼ ਆ, ਅੱਜ ਦਾ 1-2 ਦਿਨਾਂ ਦਾ ਬਸ। ਠੀਕ ਹੈ ਜੀ, ਉਸ ਤੋਂ ਬਾਅਦ ਜੋ ਉਹਦਾ ਪ੍ਰਾਈਜ਼ ਹੋਊਗਾ ਉਹ ਇਹਦੇ ਤਿਆਰੀ ਦੇ ਹਿਸਾਬ ਨਾਲ ਹੋਊਗਾ। ਲਓ ਜੀ ਤੁਸੀਂ ਦੇਖ ਸਕਦੇ ਹਾਂ, ਬਾਈ ਜੀ ਕਹਿੰਦੇ ਵੀ ਅੱਜ ਦਾ ਪ੍ਰਾਈਜ਼ ਇਹਦਾ 67,000 ਹੈ ਅਤੇ ਇੱਥੇ ਜਿਹੜਾ ਬਾਈ ਆਊਗਾ ਕੋਈ ਮਾੜਾ ਮੋਟਾ ਮਾਣ ਤਾਣ ਵੀ ਹੋਜੂਗਾ, ਤੁਸੀਂ ਦੇਖ ਸਕਦੇ ਹੋ। ਬਹੁਤ ਖੁੱਲੀ ਝੋਲੀ ਤਿਆਰ ਹੋਣਾ ਇੱਧਰ ਦੇਖੋ, ਬਹੁਤ ਢਿੱਲਾਂ ਵਾਲ ਢਿੱਲਾਂ ਬਹੁਤ ਪਈਆਂ, ਬਾਕੀ ਸੀਲ ਸਾਊ ਬਹੁਤ ਹੈ ਜੀ, ਅਜੇ ਨਹਾਉਣ ਧਵਾਉਣ ਵਾਲੀ ਆ, ਉਹਨੇ ਤੇ ਉਵੇਂ ਅਜੇ ਵੇਚਣ ਦਾ ਇਰਾਦਾ ਨਹੀਂ, ਵੀਡੀਓ ਬਣਾਉਣੀ ਕਰਕੇ ਚੱਲ ਪਾ ਤੀ ਇੱਥੇ। ਇਹਦਾ ਆਪਾਂ ਕਿੰਨਾ ਪ੍ਰਾਈਜ਼ ਦੱਸਿਆ ਬਾਈ ਜੀ? ਇਹਦਾ 67-65 ਦੀ ਜਿਸ ਨੂੰ ਆ, ਅੱਛਾ ਵੀ 67,000 ਆਸਕਿੰਗ ਆ ਅਤੇ ਬਾਈ ਜੀ ਕਹਿੰਦੇ 2,000 ਦੀ ਆਪਾਂ ਛੂਟ ਦੇ ਦਾਂਗੇ, 65,000 ਰੁਪਏ ਦੇ ਵਿੱਚ ਇਹ ਗਾਂ ਤੁਸੀਂ ਲੈ ਸਕਦੇ ਹੋ। ਇੱਥੇ ਆ ਕੇ ਵੀ ਤੁਸੀਂ ਤਸੱਲੀ ਕਰਕੇ ਪਸ਼ੂ ਲੈ ਸਕਦੇ ਹੋ ਅਤੇ ਫੋਨ ਕਾਲ ਕਰਕੇ ਵੀ ਪਸ਼ੂ ਮੰਗਵਾ ਸਕਦੇ ਹੋ। ਅਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ, ਧੰਨਵਾਦ ਤੁਹਾਡਾ ਵੀਡੀਓ ਦਰਸ਼ਕਾਂ ਦਾ ਵੀ। ਲੋਕੇਸ਼ਨ ਆਪਾਂ ਤੁਹਾਨੂੰ ਪਹਿਲਾਂ ਵੀ ਦੱਸੀ ਹੈ, ਇੱਕ ਵਾਰੀ ਫਿਰ ਦੱਸ ਦਿੰਦੇ ਹਾਂ ਵੀ ਇਹ ਪਿੰਡ ਥਾਂਦੇ ਵਾਲਾ ਮੁਕਤਸਰ ਸਾਹਿਬ ਤੋਂ 6-7 ਕਿਲੋਮੀਟਰ ਸਾਈਡ 'ਤੇ ਰਹਿ ਜਾਂਦਾ। ਤੁਸੀਂ ਪਿੰਡ 'ਚ ਆ ਕੇ ਬਾਈ ਕੁਲਦੀਪ ਬਰਾੜ ਦੀ ਡੇਅਰੀ ਬਾਰੇ ਪੁੱਛ ਸਕਦੇ ਹੋ ਅਤੇ ਇੱਥੇ ਆ ਕੇ ਤਸੱਲੀ ਕਰਕੇ ਵੀ ਪਸ਼ੂ ਲਿਜਾ ਸਕਦੇ ਹੋ। ਬਾਕੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ ਸਾਰਿਆਂ ਦਾ।